ਮੈਂ ਵਿਪਨ ਕੁਮਾਰ ਬੱਬੀ ਚੱਡਾ ਵਾਰਡ ਨੰਬਰ 52 ਤੋਂ ਕਾਂਗਰਸ ਦਾ ਕੈਂਡੀਡੇਟ ਮੇਰੇ ਬੈਲਟ ਪੇਪਰ 'ਤੇ ਜਿਹੜਾ ਵਾਰਡ ਨੰਬਰ 52 ਦਾ ਉਹ 8 ਨੰਬਰ 'ਤੇ ਕਾਂਗਰਸ ਦਾ 5 ਦਾ ਨਿਸ਼ਾਨ ਹੈ। ਮੈਂ ਸਾਰੇ ਆਪਣੇ ਭੈਣਾਂ ਭਰਾਵਾਂ ਨੂੰ ਵਾਰਡ ਨਿਵਾਸੀਆਂ ਨੂੰ ਇਹ ਅਪੀਲ ਕਰਾਂਗਾ ਕਿ ਸਾਰੇ 17 ਦਿਨ ਨੂੰ ਸਵੇਰੇ ਮੰਦਰ ਗੁਰਦੁਆਰੇ ਜਾ ਕੇ ਸਵੇਰੇ ਸਵੇਰੇ ਜਾ ਕੇ ਉਸ ਤੋਂ ਬਾਅਦ ਵੋਟਾਂ ਪਾਉਣ ਔਰ ਜਿਹੜਾ ਕਿ ਨਗਰ ਨਿਗਮ ਦੀਆਂ ਪਿਛਲੇ 10 ਸਾਲਾਂ ਤੋਂ ਸਾਡੇ ਇਲਾਕੇ ਦੇ ਵਿਕਾਸ ਰੁਕੇ ਹੋਏ ਆ, ਜੈਸੇ ਕਿ ਪਾਣੀ, ਸੀਵਰੇਜ ਜਾਂ ਵਾਟਰ ਸਪਲਾਈ ਦਾ, ਇਲੈਕਟ੍ਰੀਸ਼ਨ ਦਾ, ਜਿਹੜਾ ਵੀ ਵਿਕਾਸ ਰੁਕਿਆ ਹੋਇਆ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਾਵਾਂਗਾ। ਮੇਰੇ ਕੋਲ ਪੰਜਾਬ ਪ੍ਰਦੇਸ਼ ਦੇ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਅਮਰਿਤ ਖੋਸਲਾ ਜੀ, ਕੋਆਰਡੀਨੇਟਰ ਸ਼ਿਵ ਵਰਮਾ ਜੀ ਔਰ ਸਾਡੇ ਵਾਰਡ ਦੇ 52 ਨੰਬਰ ਵਾਰਡ ਦੇ ਇੰਚਾਰਜ ਸ਼੍ਰੀ ਪਵਨ ਗੁਪਤਾ ਜੀ ਆਏ ਆ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਿੰਦਾ ਔਰ ਮੈਨੂੰ ਇਹ ਪੂਰਾ ਸਹਿਯੋਗ ਦੇ ਰਹੇ ਆ। ਮੈਂ ਸਾਰੇ ਵਾਰਡ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਨੂੰ ਕਾਮਯਾਬ ਕਰਕੇ ਵਾਰਡ ਨਿਵਾਸੀ ਇਸ ਸੇਵਾ ਦਾ ਮੌਕਾ ਦੇਣ। ਜੈ ਬਾਬਾ ਤੁਹਾਡੇ ਜੀ।